ਸਾਡੀ ਸੇਵਾ ਗੁਰੂ ਦੀ ਸਾਹਿਬ ਦੀ ਆਗਿਆ ਵਿੱਚ ਖੜਨਾ ਹੈ, ਹੁਕਮ ਵਿੱਚ ਖੜਨਾ ਹੈ, ਰਜ਼ਾ ਵਿੱਚ ਖੜਨਾ ਹੈ, ਸੇਵਾ ਕਰਦਾ ਹੈ, ਆਗਿਆ ਨਹੀਂ ਮੰਨਦਾ ਉਹ ਪੂਰੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕਦਾ। ਇਸੀ ਤਰ੍ਹਾਂ ਇੱਕ ਤਤਪਰਤਾ ਇਸਤਰੀ ਆਪਣੇ ਪਤੀ ਦੀ ਸੇਵਾ ਤਾਂ ਕਰਦੀ ਹੈ ਪਰ ਆਗਿਆ ਭੰਗ ਕਰਦੀ ਹੈ, ਉਹਦੇ ਪਤੀ ਦੀ ਪੂਰੀ ਪ੍ਰਸੰਨਤਾ ਨਹੀਂ ਹੁੰਦੀ। ਇਸੀ ਤਰ੍ਹਾਂ ਸੇਵਕ ਆਪਣੇ ਗੁਰੂ ਦੀ ਸੇਵਾ ਤਾਂ ਕਰਦਾ ਹੈ ਪਰ ਆਗਿਆ ਭੰਗ ਕਰਦਾ ਹੈ, ਉਸ ਉਹ ਪੂਰੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕਦਾ। ਇਸੀ ਤਰ੍ਹਾਂ ਸਭ ਤੋਂ ਵੱਡੀ ਸੇਵਾ ਆਗਿਆ ਸਮਨੀ ਸਾਹਿਬ ਸੇਵਾ, ਸੇਵਾ ਕਰਨੀ 100% ਆਗਿਆ ਵਿੱਚ ਖੜ ਕੇ। ਜਿਨ੍ਹਾਂ ਜਿਨ੍ਹਾਂ ਐਸਾ ਕੀਤਾ ਉਹਨਾਂ ਨੇ ਹੀ ਵੱਡੇ ਵੱਡੇ ਮੁਰਾਤਬੇ ਹਾਸਲ ਕੀਤੇ। ਹਾਂ, ਪਿਛਲੇ ਦਿਨਾਂ 'ਚ ਆਪਨੇ ਸੁਣਿਆ ਹੀ ਹੈ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਜਿਹੜੇ ਸੇਵਾ ਕਰਦੇ ਮਾਨ ਪਾਣੀ।